हेलो स्टूडेंट्स, आज अपन शीट नंबर 2 ते पहुंच गए जी। ਤੁਹਾਡੇ ਕੋਲ 6ਵੀਂ ਵਾਲੇ ਕੈਮ ਹੋ ਜੋ ਜੀ ਬੱਚੇ, ਤੁਹਾਡੇ ਕੋਲ 6ਵੀਂ ਵਾਲਿਆਂ ਦੇ ਸਿਲੇਬਸ ਦੇ ਵਿੱਚ ਹੈਗੀ ਹੈ। ਸੋ ਜਦੋਂ ਆਪਾਂ ਗੱਲ ਕਰੀਏ ਕਿ ਕਿਹੜੇ ਬੱਚਿਆਂ ਨੇ ਦੇਖਣੀ ਹੈ, 6ਵੀਂ ਵਾਲਿਆਂ ਨੇ ਲਾਜ਼ਮੀ ਦੇਖਣੀ ਹੈ, NMMS ਵਾਲਿਆਂ ਨੇ ਵੀ ਦੇਖ ਲੈਣੀ ਹੈ, NTSC ਵਾਲੇ ਵੀ ਜੇ 5-6 ਮਿੰਟ ਲਾ ਦੇਣਗੇ ਤਾਂ ਕੋਈ ਹਰਜ ਨਹੀਂਗਾ, ਕੁਝ ਚੰਗੀ ਚੀਜ਼ ਜੇ ਲੱਭ ਜਾਂਦੀ ਹੈ। ਠੀਕ ਹੈ, ਉਸ ਤੋਂ ਇਲਾਵਾ ਕੋਈ ਵੀ ਕੰਪੀਟੀਟਿਵ ਐਗਜ਼ਾਮ ਜਿਹਦੇ 'ਚ ਸਾਇੰਸ ਆਉਂਦੀ ਹੈ, ਮੈਂ ਇੰਪੋਰਟੈਂਟ ਕੁਐਸਚਨ ਲਿਖੀ ਜਾਊਂਗਾ, ਉਹ ਸਾਰਿਆਂ ਲਈ ਇਹ ਹੈਲਪਫੁਲ ਹੋ ਸਕਦੀ ਹੈਗੀ ਹੈ ਸ਼ੀਟ। ਤੋਂ ਆਪਾਂ ਸਟਾਰਟ ਕਰੀਏ ਜੀ, ਬਹੁਤ ਬਹੁਤ ਸੌਖਾ ਹੈ ਜੀ ਤੁਹਾਡੇ ਕੋਲ। ਠੀਕ ਹੈ ਜੀ, ਸੋ ਪਹਿਲਾ ਕੁਐਸਚਨ, ਰਾਮ ਨੂੰ ਰਾਤ ਦੇ ਸਮੇਂ ਦਿਖਾਈ ਨਹੀਂ ਦਿੰਦਾ, ਦੱਸ ਉਸ ਨੂੰ ਕਿਹੜੀ ਰਾਤ ਦੇ ਸਮੇਂ ਜੇ ਦਿਖਾਈ ਨਾ ਦਵੇ ਤਾਂ ਅੰਧਰਾਤਾ ਹੋ ਜਾਂਦਾ ਹੈਗਾ ਤੁਹਾਡੇ ਕੋਲ। ਠੀਕ ਹੈ ਜੀ, ਅੱਗੇ ਜਾ ਕੇ ਅੰਧਰਾਤੇ ਤੇ ਵੀ ਕੁਐਸਚਨ ਆਊਗਾ ਤਾਂ ਅੰਧਰਾਤਾ ਹੋ ਜਾਂਦਾ ਹੈ, ਤਾਂ ਅੰਧਰਾਤਾ ਜਿਹੜਾ ਹੈਗਾ ਤੁਹਾਡੇ ਕੋਲ ਵਿਟਾਮਿਨ ਏ ਦੀ ਕਮੀ ਕਰਕੇ ਹੁੰਦਾ ਹੈਗਾ। ਸੋ ਪਹਿਲਾ ਕੁਐਸਚਨ ਹੈਗਾ ਜੀ, ਜੇ ਤੁਹਾਨੂੰ ਰਾਤ ਨੂੰ ਨਹੀਂ ਦਿਖਾਈ ਦੇ ਰਿਹਾ ਹੈਗਾ ਤੁਹਾਡੇ ਕੋਲ, ਠੀਕ ਹੈ, ਤਾਂ ਇਹਦਾ ਮਤਲਬ ਸਮਝ ਲਓ ਤੁਹਾਡੇ ਕੋਲ ਜਿਹੜਾ ਹੈਗਾ ਏ ਉਹ ਅੰਧਰਾਤਾ ਹੈਗਾ ਤੁਹਾਡੇ ਕੋਲ। ਠੀਕ ਹੈ ਜੀ, ਸੋ ਆਪਾਂ ਦੇਖੀਏ ਜੀ ਅੱਗੇ ਕੁਐਸਚਨ ਕੀ ਹੈਗਾ ਤੁਹਾਡੇ ਕੋਲ, ਇਸੇ ਤੇ ਕੁਐਸਚਨ ਆਊਗਾ ਤੁਹਾਡੇ ਪਾਸ। ਉਸ ਤੋਂ ਬਾਅਦ ਸ਼ਾਮ ਪ੍ਰਯੋਗਸ਼ਾਲਾ ਵਿੱਚ ਕਾਪਰ ਸਲਫੇਟ ਅਤੇ ਕਾਸਟਿਕ ਸੋਡੇ ਦਾ ਘੋਲ ਦੇਖਦਾ ਹੈ। ਕਾਪਰ ਸਲਫੇਟ, ਠੀਕ ਹੈ ਜੀ, ਕਾਸਟਿਕ ਸੋਡਾ, ਐਕਟੀਵਿਟੀ ਯਾਦ ਕਰੋ। ਠੀਕ ਹੈ ਜੀ, ਐਕਟੀਵਿਟੀ ਤੁਹਾਨੂੰ ਪ੍ਰੋਪਰ ਬਣਾ ਕੇ ਦਿੱਤੀ ਹੋਈ ਹੈ। ਕਾਪਰ ਸਲਫੇਟ ਤੇ ਕਾਸਟਿਕ ਸੋਡਾ ਕਿੱਥੇ ਯੂਜ਼ ਕੀਤਾ ਸੀਗਾ, ਪ੍ਰੋਟੀਨ ਦੀ ਪਰਖ ਵਿੱਚ ਆਪਾਂ ਨੇ ਯੂਜ਼ ਕੀਤਾ ਸੀਗਾ। ਸੋ ਇਹ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਲਈ। 6ਵੀਂ ਲਈ ਤਾਂ ਹੈਗਾ ਹੀ ਹੈਗਾ, 6ਵੀਂ ਤਾਂ ਪੱਕਾ ਹੀ ਆਉਣਾ ਹੀ ਆਉਣਾ ਹੈਗਾ, 6ਵੀਂ ਦੀ ਚਿੰਤਾ ਨਹੀਂ ਹੈ। ਠੀਕ ਹੈ, ਪ੍ਰਯੋਗਸ਼ਾਲਾ ਵਿੱਚ ਆਲੂ ਵਿੱਚ ਨਿਸ਼ਾਸਤੇ ਦੀ ਪਰਖ ਕਰਨਾ ਚਾਹੁੰਦਾ ਹੈ। ਨਿਸ਼ਾਸਤੇ ਦੀ ਪਰਖ ਆਪਾਂ ਕਾਦੇ ਨਾਲ ਕਰਦੇ ਹੁੰਨੇ ਆ, ਆਇਓਡੀਨ ਨਾਲ ਕਰਦੇ ਹੁੰਨੇ ਆ। ਠੀਕ ਹੈ ਜੀ, ਆਪਾਂ ਨੇ ਟੈਸਟ ਕੀਤਾ ਹੋਇਆ, ਐਕਟੀਵਿਟੀ ਕਰਕੇ ਦਿਖਾਈ ਹੋਈ ਹੈ ਤੁਹਾਨੂੰ। ਠੀਕ ਹੈ ਜੀ, ਸੋ ਮੋਹਨ ਪ੍ਰਯੋਗਸ਼ਾਲਾ ਵਿੱਚ ਆਲੂ ਵਿੱਚ ਨਿਸ਼ਾਸਤੇ ਦੀ ਪਰਖ ਕਰਨਾ ਚਾਹੁੰਦਾ ਹੈ, ਦੱਸੋ ਕਿਹੜਾ ਘੋਲ ਵਰਤੇਗਾ, ਆਇਓਡੀਨ ਵਰਤੇਗਾ ਜੀ। ਉਸ ਤੋਂ ਬਾਅਦ ਅੱਗੇ ਦੇਖੀਏ ਆਪਾਂ ਚੌਥੇ ਕੁਐਸਚਨ ਦੇ ਵਿੱਚ, ਕਹਿੰਦਾ ਮੋਹਿਤ ਪ੍ਰਯੋਗਸ਼ਾਲਾ ਵਿੱਚ ਪ੍ਰੋਟੀਨ ਯੁਕਤ ਭੋਜਨ ਵਿੱਚ ਕਾਪਰ ਸਲਫੇਟ ਅਤੇ ਕਾਸਟਿਕ ਸੋਡੇ ਦਾ ਘੋਲ ਪਾਉਂਦਾ ਹੈ, ਭੋਜਨ ਪਦਾਰਥ ਦਾ ਰੰਗ ਬਦਲ ਜਾਂਦਾ ਹੈ, ਰੰਗ ਕਿਹੜਾ ਆਉਂਦਾ ਹੁੰਦਾ, ਬੈਂਗਣੀ ਆਉਂਦਾ ਹੁੰਦਾ ਜੀ ਰੰਗ ਤੁਹਾਡੇ ਕੋਲ। ਠੀਕ ਹੈ ਜੀ, ਸੋ ਇਹ ਵਾਲਾ ਰੰਗ ਆਉਂਦਾ ਹੁੰਦਾ ਤੁਹਾਡੇ ਕੋਲ, ਔਰ ਜਿਹੜਾ ਹੈਗਾ ਤੁਹਾਡੇ ਕੋਲ 6th ਵਾਲੇ ਬੱਚੇ ਸਭ ਨੇ ਐਕਟੀਵਿਟੀ ਦੇਖੀ ਹੋਊਗੀ। ਠੀਕ ਹੈ, ਅਦਰਵਾਈਜ਼ ਤੁਸੀਂ ਜਿਹੜਾ ਹੈਗਾ ਤੁਹਾਡੇ ਪਾਸ ਬੁੱਕ 'ਚ ਪੜ੍ਹਿਆ ਹੋਏਗਾ, ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ, ਜਸਟ ਰਿਵੀਜ਼ਨ ਹੋ ਰਹੀ ਹੈ ਤੁਹਾਡੇ ਕੋਲ। ਠੀਕ ਹੈ ਜੀ, ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਕੋਲ, ਕਹਿੰਦਾ ਸ਼ਾਮਲਤਾ ਰਸੋਈ ਵਿੱਚ ਕੰਮ ਕਰਦੀ ਹੋਈ ਅਚਾਨਕ ਡਿੱਗ ਪਈ, ਡਾਕਟਰ ਕੋਲ ਜਾਣ ਤੇ ਪਤਾ ਲੱਗਾ ਕਿ ਉਹਦੀਆਂ ਹੱਡੀਆਂ ਕਮਜ਼ੋਰ ਹਨ। ਹੱਡੀਆਂ ਕਮਜ਼ੋਰ ਕਾਦੇ ਕਰਕੇ ਹੁੰਦੀਆਂ ਨੇ, ਆਪਣੇ ਪਾਸ ਜੇ ਆਪਾਂ ਕਹੀਏ ਕੈਲਸ਼ੀਅਮ ਘਟ ਗਿਆ ਤਾਂ ਹੱਡੀਆਂ ਕਮਜ਼ੋਰ ਹੈ, ਫਾਸਫੋਰਸ ਘਟ ਗਿਆ ਤਾਂ ਹੱਡੀਆਂ ਕਮਜ਼ੋਰ ਹੈ, ਇੱਥੇ ਵਿਟਾਮਿਨ ਡੀ ਹੈ। ਵਿਟਾਮਿਨ ਡੀ ਜਿਹੜਾ ਹੈਗਾ ਤੁਹਾਡੇ ਕੋਲ ਅਗਰ ਘਟ ਜਾਂਦਾ ਹੈਗਾ ਤੁਹਾਡੇ ਕੋਲ, ਤਾਂ ਵੀ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ। ਠੀਕ ਹੈ ਜੀ, ਸੋ ਹੱਡੀਆਂ ਕਮਜ਼ੋਰ ਹੋ ਜਾਣ, ਬਿਮਾਰੀ ਨੂੰ ਕਹਿੰਦੇ ਰਿਕਟਸ। ਠੀਕ ਹੈ ਜੀ, ਰਿਕਟਸ ਕਹਿੰਦੇ ਨੇ ਬਿਮਾਰੀ ਦਾ ਨਾਂ ਹੁੰਦਾ ਹੈਗਾ, ਤੇ ਜੇ ਵੱਡਿਆਂ ਨੂੰ ਬਜ਼ੁਰਗਾਂ ਨੂੰ ਤੁਹਾਡੇ ਪਾਸ ਹੱਡੀਆਂ ਕਮਜ਼ੋਰ ਆ ਜਾਣ ਉਹਨੂੰ ਆਸਟੋਮੈਲੇਸ਼ੀਆ ਕਹਿੰਦੇ ਨੇ ਤੁਹਾਡੇ ਕੋਲ। ਠੀਕ ਹੈ ਜੀ, ਸੋ ਯਾਦ ਰੱਖਣਾ ਰਿਕਟਸ ਬੱਚਿਆਂ 'ਚ ਹੁੰਦੀ ਹੈ, ਆਸਟੋਮੈਲੇਸ਼ੀਆ ਪਰੋੜ ਬੰਦਿਆਂ 'ਚ ਹੁੰਦੀ ਹੈ, ਬਜ਼ੁਰਗਾਂ 'ਚ ਹੁੰਦੀ ਹੈ। ਡਾਕਟਰ ਕੋਲ ਇੱਕ ਵਿਅਕਤੀ ਆਉਂਦਾ ਹੈ, ਉਹਦਾ ਸਰੀਰ ਕਮਜ਼ੋਰ ਹੈ, ਉਹਨੂੰ ਕਿਸ ਤਰ੍ਹਾਂ ਦੇ ਭੋਜਨ ਦੀ ਜਿਹੜੀ ਹੈਗੀ ਹੈ ਤੁਹਾਡੇ ਕੋਲ, ਠੀਕ ਹੈ, ਜ਼ਰੂਰਤ ਪਏਗੀ। ਸੋ ਉਹਦਾ ਸਰੀਰ ਕਮਜ਼ੋਰ ਹੈ, ਪ੍ਰੋਟੀਨ ਐਨਰਜੀ ਮੈਲ ਨਿਊਟ੍ਰੀਸ਼ਨ। ਠੀਕ ਹੈ ਜੀ, ਸੋ ਐਨਰਜੀ ਦੀ ਘਾਟ ਹੈ ਉਹਦੇ ਕੋਲ, ਤਾਂ ਉਹਨੂੰ ਕੀ ਚਾਹੀਦਾ ਹੈਗਾ ਤੁਹਾਡੇ ਕੋਲ। ਠੀਕ ਹੈ, ਸੋ ਇਹਦੇ ਵਿੱਚ ਕੀ ਹੈਗਾ ਤੁਹਾਡੇ ਕੋਲ, ਇਸ ਕੁਐਸਚਨ ਨੂੰ ਜਦੋਂ ਆਪਾਂ ਧਿਆਨ ਨਾਲ ਦੇਖੀਏ ਤੁਹਾਡੇ ਕੋਲ, ਕਹਿੰਦਾ ਵਿਅਕਤੀ ਆਉਂਦਾ ਹੈ ਜਿਸ ਵਿੱਚ ਸਰੀਰ ਬਹੁਤ ਕਮਜ਼ੋਰ ਹੈ, ਡਾਕਟਰ ਉਹਨੂੰ ਕਿਸ ਤਰ੍ਹਾਂ ਦਾ ਭੋਜਨ ਖਾਣ ਲਈ ਕਹੇਗਾ ਤੁਹਾਡੇ ਕੋਲ। ਠੀਕ ਹੈ ਜੀ, ਸੋ ਸਭ ਤੋਂ ਬੈਟਰ ਆਪਸ਼ਨ ਕੀ ਹੈਗੀ ਹੈ ਤੁਹਾਡੇ ਕੋਲ, ਦੇਖੋ ਅਗਰ ਸਰੀਰ ਕਮਜ਼ੋਰ ਹੈ ਤਾਂ ਤੁਹਾਨੂੰ ਪ੍ਰੋਟੀਨ ਵੀ ਠੀਕ ਚਾਹੀਦਾ, ਚਰਬੀ ਵੀ ਚਾਹੀਦੀ ਹੈ, ਕਾਰਬੋਹਾਈਡਰੇਟਸ ਵੀ ਚਾਹੀਦੇ, ਸਭ ਤੋਂ ਵਧੀਆ ਚੀਜ਼ ਸੰਤੁਲਿਤ ਭੋਜਨ ਚਾਹੀਦਾ। ਸੰਤੁਲਿਤ ਭੋਜਨ ਵਿੱਚ ਸਭ ਕੁਝ ਹੀ ਆ ਜਾਣਾ, ਆ ਵੀ ਆ ਜਾਣਾ, ਆ ਵੀ ਆ ਜਾਣਾ, ਆ ਵੀ ਆ ਜਾਣਾ, ਫਿਰ ਆਪਾਂ ਨੇ ਇੱਕ ਪ੍ਰੋਟੀਨ ਪਾਰਟੀਕੁਲਰ ਕੀ ਚੀਜ਼ ਕਰਨੀ ਹੈ। ਠੀਕ ਹੈ, ਸੋ ਸਰੀਰ ਕਮਜ਼ੋਰ ਹੈਗਾ ਤੁਹਾਡੇ ਕੋਲ ਤਾਂ ਇਹਦਾ ਮਤਲਬ ਕਾਫੀ ਪਦਾਰਥਾਂ ਦੀ ਕਮੀ ਹੈ, ਸੋ ਸੰਤੁਲਿਤ ਭੋਜਨ ਤੁਹਾਡੇ ਲਈ ਬੈਸਟ ਆਪਸ਼ਨ ਰਹੇਗੀ ਜੀ ਤੁਹਾਡੇ ਕੋਲ। ਠੀਕ ਹੈ ਜੀ, ਸੋ ਇਹ ਹੋ ਗਿਆ ਤੁਹਾਡੇ ਕੋਲ। ਉਹ ਤੋਂ ਬਾਅਦ ਪੰਕਜ ਪ੍ਰਯੋਗਸ਼ਾਲਾ ਵਿੱਚ ਆਲੂ ਦੇ ਟੁਕੜੇ ਉੱਤੇ ਆਇਓਡੀਨ ਦੀਆਂ ਘੋਲ ਦੀਆਂ ਕੁਝ ਬੂੰਦਾਂ ਪਾਉਂਦਾ ਹੈ, ਆਲੂ ਦੇ ਟੁਕੜੇ ਦਾ ਰੰਗ ਬਦਲ ਜਾਂਦਾ ਹੈ, ਰੰਗ ਦੱਸੋ। ਠੀਕ ਹੈ ਜੀ, ਵੀਡੀਓ ਪੌਜ਼ ਕਰ ਦਿਓ, ਤੁਹਾਨੂੰ ਆਪੇ ਪਤਾ ਲੱਗ ਜਾਣਾ ਤੁਸੀਂ ਐਕਟੀਵਿਟੀ ਕੀਤੀ ਹੋਈ ਹੈ, ਤੁਸੀਂ ਜਦੇ ਕਹੋਗੇ ਵੀ ਆਹੀ ਆਨਸਰ ਹੈ ਤੁਹਾਡੇ ਕੋਲ। ਠੀਕ ਹੈ ਜੀ, ਰੰਗ ਜ਼ਿਆਦਾਤਰ ਕਾਲਾ ਹੁੰਦਾ ਹੈਗਾ ਤੁਹਾਡੇ ਕੋਲ, ਕਾਲਾ, ਨੀਲਾ, ਕਾਲਾ, ਹਰਾ, ਕਾਲਾ, ਲਾਲ ਨਹੀਂ ਹੁੰਦਾ। ਠੀਕ ਹੈ, ਮਤਲਬ ਕਾਲਾ ਨੀਲਾ ਹੋ ਸਕਦਾ ਪਰ ਜ਼ਿਆਦਾਤਰ ਕੇਸਿਸ ਪੂਰਾ ਕਾਲਾ ਹੁੰਦਾ ਤੁਹਾਡੇ ਕੋਲ। ਇਹਨੇ ਆਪਸ਼ਨਾਂ ਦਿੱਤੀਆਂ, ਕਾਲਾ, ਹਰਾ, ਕਾਲਾ, ਨੀਲਾ, ਕਾਲਾ, ਲਾਲ, ਇਹ ਨਹੀਂ ਹੋਣਗੇ, ਤੁਸੀਂ ਕਾਲੇ ਦਾ ਨੀਲਾ ਜ਼ਰੂਰ ਕਹਿ ਸਕਦੇ ਹੋ, ਜ਼ਿਆਦਾਤਰ ਬਲੈਕਿਸ਼ ਹੀ ਹੁੰਦਾ ਹੈਗਾ, ਨੀਲੇ ਦੀ ਤਾਂ ਮਾੜੀ ਮੋਟੀ ਟੋਨ ਹੁੰਦੀ ਹੈ ਕੋਈ। ਠੀਕ ਹੈ ਜੀ, ਸੋ ਜਿਹੜਾ ਕੁਐਸਚਨ ਹੈਗਾ ਤੁਹਾਡੇ ਕੋਲ,
सो छेवें का संतुलित भोजन आ गया जी, तुहाडे कोल सतवें का जिहड़ा आ गया काला रंग आता हैगा। सो यह भी एक्टिविटी बेस्ड क्वेश्चन है जी, वेरी इंपॉर्टेंट क्वेश्चन है। सो उस तो बाद आ गई बारी जी, अमित अपने दोस्त हैरी दे घर जाता है, हैरी एक भोजन पदार्थ दिंदा है, कहिंदा ये भोजन पदार्थ संतुलित मनिया जाता है, ठीक है जी। सो जिहड़ा हैगा देखो, गाजर दाल बादाम सब च अपनी अपनी इंपॉर्टेंस है, पर आपां नूं दुध नूं एक परफेक्ट चीज कहने आ तुहाडे कोल, सो ये ज़्यादा बैटर ऑप्शन रहेगी। दुध नूं संतुलित मन्निया जांदा है क्योंकि इहदे विच आपां कह सकदे हां कि जिहड़े न्यूट्रिएंट्स है वो ज़्यादा हुंदे है तुहाडे कोल, ठीक है जी। सो अगे की हैगा तुहाडे कोल, सो क्वेश्चन नंबर 9 ते आ गए। पैरी डॉक्टर कोल जांदा है ते कहंदा है उसनूं रात दे समय दिखाई नहीं दिंदा, हो गया ना रात दे समय, ठीक है। ते जिहड़ा है डॉक्टर कहंदा है तेरे च विटामिन ए दी घाट है, हुण आ देखो रात दे समय दिखाई नहीं दिंदा तां किहड़े विटामिन दी घाट है, विटामिन ए दी। इत्थे डॉक्टर ने पहले ही कहता विटामिन ए दी घाट है, ठीक है। तां जिहड़ा विटामिन ए दी घाट नाल किहड़ा रोग हुंदा है, सो अंधराता हुंदा है जी। तुहाडे पास आ क्वेश्चन जिहड़ा है आ वेरी वेरी इंपॉर्टेंट क्वेश्चन है, या ये आऊगा रोग या आऊगा कि किहदे घाट करके हुंदा हैगा, सो अंधराता हैगा जी तुहाडे को, ठीक है जी। उस तो बाद सुमित अपने शरीर विच ऊर्जा की घाट महसूस करता है, डॉक्टर कोल जाता है, डॉक्टर उसनों किस तरह का भोजन करेगा। हुण देखो इत्थे, हुण जदों इत्थे ऊर्जा की घाट होगी तुहाडे कोल, ठीक हो गया जी, ठीक है। ते इधर जिहड़ा बंदा सीगा ये पूरा कमजोर होया होया सीगा, छेवें क्वेश्चन ते इत्थे संतुलित भोजन की ऑप्शन सीगी, इत्थे ऊर्जा की घाट महसूस हो रही है, तो तुहानूं कीड़ी चीज़ होएगी, ठीक है जे। मैक्स आपां सीधा एनर्जी फूड्स की गल करिए तुहाडे कोल, तां कार्बोहाइड्रेट्स ते चर्बी आएगी तुहाडे कोल, सो कार्बोहाइड्रेट्स ते चर्बी इहदा आंसर होएगा तुहाडे कोल, ठीक है जी। उस तो बाद हैगा तुहाडे कोल, नवजोत दे हथ ते सट लगी ते लाल रंग का लहू निकलिया, उसके लहू लाल रंग के होने का कारण पूछा, ठीक है जी। तो जिहड़ा हैगा तुहाडे कोल लहू विटामिन कारण हीमोग्लोबिन करके हुंदा जी तुहाडे कोल, सो आड़ा जिहड़ी ऑप्शन आ गई तुहाडे पास, ठीक है। लहू विच हीमोग्लोबिन वर्णक हुंदा है, सो ये वाली चीज़ जिहड़ी हैगी है तुहाडे कोल, तो ये चीज़ होगी जी तुहाडे कोल। सो मेरा ख्याल है जी, सो ये इन्ना वधिया जिहड़ा हैगा है ना कि इस विच क्वेश्चन हैगे ने, ये सारे क्वेश्चन तुहानूं पेपर विच मिल जाने ने। सो जिहड़ा हैगा तो जरूर जरूर वीडियो देख लेना तुहाडे पास, तुहाडा पेपर च कम, पेपर अगे किताबां नहीं फरोलनियां पैणगियां जे आपां ने आह वीडियो देख ले, ठीक है जी। थैंक यू।